ਸਾਡੇ YouTube ਚੈਨਲ ਸੋਸ਼ਲ ਹੱਬ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਰੋ ਕਲਿੱਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤੁਹਾਨੂੰ ਲੈ ਚੱਲਦੇ ਇੱਕ ਨਵੀਂ ਵੀਡੀਓ ਤੇ ਖਬਰ ਹਾਂਜੀ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਕਿਸਾਨ ਅੰਦੋਲਨ ਦੀਆਂ ਜਿੱਥੇ ਕਿ ਦੇਸ਼ ਭਰ ਵਿੱਚੋਂ ਜੋ ਕਿ ਦਿੱਲੀ ਦੇ ਵਿੱਚ ਦਿੱਤੇ ਜਾ ਰਹੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀਬਾੜੀ ਦੇ 3 ਬਿੱਲ ਵਾਪਸ ਕਰਵਾਉਣ ਦੇ ਸੰਬੰਧਿਤ ਚੱਲ ਰਹੇ ਧਰਨੇ ਦੇ ਵਿੱਚ ਵੱਖ ਵੱਖ ਰਾਜਾਂ ਤੋਂ ਜੋ ਕਿ ਕਿਸਾਨ ਸ਼ਾਮਲ ਹੋ ਰਹੇ ਨੇ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਰਾਜਸਥਾਨ ਦੇ ਕਿਸਾਨਾਂ ਵੱਲੋਂ ਜੋ ਕਿ ਇੱਕ ਵੱਡੇ ਕਾਫਲਿਆਂ ਦੇ ਰੂਪ ਦੇ ਵਿੱਚ ਕੱਲ੍ਹ ਜੋ ਕਿ ਰਾਤ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ 12 ਦਸੰਬਰ ਦੀਆਂ, ਜੋ ਕਿ ਬਲਦ ਅਤੇ ਗਾਵਾਂ ਦੇ ਵੱਡੇ ਕਾਫਲਿਆਂ ਦੇ ਨਾਲ ਰਾਜਸਥਾਨ ਦੇ ਕਿਸਾਨ ਜੋ ਕਿ ਦਿੱਲੀ ਦੇ ਵੱਲ ਕੂਚ ਕਰ ਰਹੇ ਨੇ, ਜੋ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲਾਈਵ ਤਸਵੀਰਾਂ। ਰਾਜਸਥਾਨ ਦੇ ਜੋ ਕਿ ਕਿਸਾਨ ਵੱਡੇ ਕਾਫਲਿਆਂ ਦੇ ਵਿੱਚ ਗਾਵਾਂ ਅਤੇ ਬਲਦਾਂ ਦੇ ਨਾਲ ਜੋ ਕਿ ਦਿੱਲੀ ਦੇ ਵੱਲ ਕੂਚ ਕਰ ਰਹੇ ਨੇ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਮੇਨ ਹਾਈਵੇ ਦਿੱਲੀ ਜੋ ਕਿ ਕੁੰਡਲੀ ਬਾਰਡਰ ਦੇ ਵੱਲ ਕੂਚ ਕਰ ਰਹੇ ਨੇ ਰਾਜਸਥਾਨ ਦੇ ਕਿਸਾਨ। ਅਗਲੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਖਨੌਰੀ ਬਾਰਡਰ ਤੋਂ, ਜੋ ਕਿ ਇੱਕ ਵਾਰ ਫਿਰ ਤੋਂ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਜੋ ਕਿ ਪਹਿਲਾਂ ਦੀ ਤਰ੍ਹਾਂ ਜੋ ਕਿ ਪੱਥਰ ਲਾ ਕੇ ਵੱਡੇ ਵੱਡੇ ਪੱਥਰ ਲਗਾ ਕੇ ਜੋ ਕਿ JCB ਦੇ ਨਾਲ ਇੱਕ ਵਾਰ ਫਿਰ ਜੋ ਰਸਤਾ ਜੋ ਕਿ ਬੰਦ ਕੀਤਾ ਜਾ ਰਿਹਾ ਹੈ ਪੰਜਾਬ ਤੋਂ ਜਾਣ ਵਾਲੇ ਕਿਸਾਨਾਂ ਨੂੰ ਰੋਕਣ ਦੇ ਲਈ, ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਪੰਜਾਬ ਤੇ ਹਰਿਆਣੇ ਦੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਜਲਦੀ ਤੋਂ ਜਲਦੀ ਇੱਥੇ ਖਨੌਰੀ ਬਾਰਡਰ ਦੇ ਹੱਡਲੇ ਪਹੁੰਚੋ। ਤਰੀਕ ਬੋਲੋ ਨਾਲ ਲਾ ਕੇ ਇਹਨਾਂ ਨੇ ਪਹਿਲਾਂ ਵਾਂਗੂ ਪੱਥਰ ਲਾ ਤੇ, ਜਿਹੜੇ ਆਪਾਂ ਪਹਿਲਾਂ ਪੱਥਰ ਕਿਸਾਨਾਂ 'ਚ ਸੁੱਟ ਕੇ ਉਹ ਕਰੇ ਸੀ ਇਹਨਾਂ ਨੇ, ਫਿਰ ਰੋਡ 'ਤੇ ਲਾ ਕੇ ਜਾਮ ਕਰ ਰਹੇ ਨੇ ਰੋਡ ਨੂੰ ਵੀ ਜੇ ਉਹ ਪੰਜਾਬ 'ਚੋਂ ਕਿਸਾਨ ਅੱਗੇ ਦਿੱਲੀ ਜਾ ਰਹੇ ਨੇ ਉਹ ਨਾ ਜਾ ਸਕਣ। ਇਸ ਕਰਕੇ ਮੈਂ ਬੇਨਤੀ ਕਰਦਾ ਹਰਿਆਣੇ ਦੇ ਪੰਜਾਬ ਦੇ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਇੱਥੇ ਇਕੱਠੇ ਨੂੰ ਬਾਰਡਰ ਸੀਲ ਕਰਨ ਲੱਗ ਰਹੇ ਨੇ।